ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਸੀਂ ਪਹੁੰਚੇ ਹਾਂ ਜੀ ਗੁਰੂ ਕਾ ਮਹਿਲ। ਗੁਰੂ ਗੋਬਿੰਦ ਸਿੰਘ ਸਾਹਿਬ ਜੀ ਇੱਥੇ ਰਹੇ ਸੀਗੇ, ਇਹ ਉਹਨਾਂ ਦਾ ਘਰ ਸੀਗਾ ਇੱਥੇ। ਇੱਥੇ ਉਹਨਾਂ ਦੇ ਬੱਚੇ ਸਾਹਿਬਜ਼ਾਦੇ ਗੁਰੂ ਤੇਗ ਬਹਾਦਰ ਸਾਹਿਬ, ਮਾਤਾ ਗੁਜਰੀ ਜੀ ਇੱਥੇ ਰਹਿੰਦੇ ਹੁੰਦੇ ਸੀਗੇ ਇਸ ਘਰ ਦੇ ਵਿੱਚ। ਇੱਥੇ ਭੋਰਾ ਸਾਹਿਬ ਵੀ ਹੈ, ਇਹਨੂੰ ਗੁਰਦੁਆਰੇ ਨੂੰ ਭੋਰਾ ਸਾਹਿਬ ਵੀ ਕਹਿੰਦੇ ਨੇ, ਗੁਰੂ ਕਾ ਮਹਿਲ ਵੀ ਕਹਿੰਦੇ ਨੇ, ਠੀਕ ਹੈ ਜੀ। ਅਤੇ ਇਹਦੇ ਨਾਲ ਹੀ ਸਾਹਮਣੇ ਸੀਸਗੰਜ ਸਾਹਿਬ ਦਾ ਗੁਰਦੁਆਰਾ ਸਾਹਿਬ, ਵਾਹਿਗੁਰੂ ਜੀ ਕਾ।